ਇਹਦੇ ਪੁੱਤ ਥੋੜ੍ਹਾ ਸਾਈਡ 'ਤੇ ਹੋ ਕੇ ਗੱਲ ਸੁਣਨ ਦੇ ਹੌਸਲਾ ਰੱਖੀ ਅਤੇ ਐਕਸੀਡੈਂਟ ਹੋ ਗਿਆ, ਅਸੀਂ ਹੋਸਪਿਟਲ ਭੇਜ ਦਿੱਤਾ ਸਾਰਿਆਂ ਨੂੰ, ਅਤੇ ਤੂੰ ਆਰਾਮ ਨਾਲ ਆਈ। ਮੈਂ ਪੁੱਛਿਆ, ਮੈਂ ਭਾਅ ਜੀ ਕੀ ਹਾਲ ਆ ਮੇਰੇ ਭਰਾ ਭਰਜਾਈ ਦਾ ਅਤੇ ਮੇਰੇ ਬੀਤੇ ਕੱਲ ਬੰਗਾ ਨਜ਼ਦੀਕ ਹੋਏ ਭਿਆਨਕ ਸੜਕ ਹਾਦਸੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੀਮਾ ਖੁੱਡੀ ਦੇ ਰਹਿਣ ਵਾਲੇ ਪਤੀ ਪਤਨੀ ਅਤੇ ਬੇਟੇ ਦੀ ਦਰਦਨਾਕ ਮੌਤ ਹੋ ਗਈ। ਹਾਦਸੇ ਦੀ ਇਤਲਾਹ ਮਿਲਣ ਤੋਂ ਬਾਅਦ ਪਿੰਡ ਅੰਦਰ ਗਮਗੀਨ ਮਾਹੌਲ ਬਣਿਆ ਹੋਇਆ ਹੈ, ਹਰ ਇੱਕ ਅੱਖ ਨਮ ਨਜ਼ਰ ਆ ਰਹੀ ਹੈ। ਇਹ ਸਾਰੀ ਦੁਰਘਟਨਾ ਸੜਕ ਕਿਨਾਰੇ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈ। ਦੁਰਘਟਨਾ ਇੰਨੀ ਭਿਆਨਕ ਸੀ ਕਿ ਦੇਖਣ ਵਾਲੇ ਦੇ ਰੋਂਗਟੇ ਖੜ੍ਹੇ ਹੋ ਜਾਂਦੇ ਹਨ। ਦੁਰਘਟਨਾ ਬਾਰੇ ਦੱਸਦੇ ਹੋਏ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਗੁਰਇਕਬਾਲ ਸਿੰਘ ਉਮਰ 46 ਸਾਲ, ਆਪਣੀ ਪਤਨੀ ਰਮਨਦੀਪ ਕੌਰ ਉਮਰ 40 ਸਾਲ ਅਤੇ ਬੇਟੇ ਜਸਨੀਤ ਸਿੰਘ ਉਮਰ 17 ਸਾਲ ਨਾਲ ਆਪਣੀ ਗੱਡੀ ਵਿੱਚ ਸਵਾਰ ਹੋ ਕੇ ਆਪਣੀ ਬੇਟੀ ਨੂੰ ਉਸਦੇ ਕਾਲਜ ਛੱਡਣ ਗਏ ਸੀ। ਬੇਟੀ ਨੂੰ ਕਾਲਜ ਛੱਡ ਕੇ ਪਤੀ ਪਤਨੀ ਅਤੇ ਬੇਟਾ ਜਦੋਂ ਵਾਪਸ ਆ ਰਹੇ ਸੀ ਤਾਂ ਬੰਗਾ ਨਜ਼ਦੀਕ ਹਾਈਵੇ 'ਤੇ ਇੱਕ ਟਰਾਲਾ ਜਿਸ ਵਿੱਚ ਮਿੱਟੀ ਅਤੇ ਗਟਕਾ ਲੋਡ ਕੀਤਾ ਹੋਇਆ ਸੀ, ਇਹਨਾਂ ਦੀ ਗੱਡੀ ਨਾਲ ਟਕਰਾਉਂਦਾ ਹੋਇਆ ਇਹਨਾਂ ਦੀ ਗੱਡੀ ਉੱਤੇ ਹੀ ਪਲਟ ਗਿਆ। ਇਸ ਦੁਰਘਟਨਾ ਵਿੱਚ ਤਿੰਨਾਂ ਦੀ ਮੌਕੇ 'ਤੇ ਮੌਤ ਹੋ ਗਈ, ਜਿਸ ਦੀ ਸੂਚਨਾ ਪਿੱਛੇ ਪਰਿਵਾਰ ਨੂੰ ਸੰਬੰਧਿਤ ਥਾਣੇ ਦੇ ਪੁਲਿਸ ਅਧਿਕਾਰੀਆਂ ਵੱਲੋਂ ਦਿੱਤੀ ਗਈ। ਤਿੰਨ 3:30 ਵਜੇ ਕਾਲ ਆਈ, ਮੇਰਾ ਖਿਆਲ ਉਹਨਾਂ ਦੇ ਗੱਡੀ ਦੇ ਵਿੱਚੋਂ ਕਾਰਡ ਹੀ ਡਾਕਟਰ ਸਾਹਿਬ ਦਾ, ਚਾਵਲਾ ਸਾਹਿਬ ਸਾਡੇ ਕਲੀਕ ਨੇ ਉਹਨਾਂ ਦਾ, ਉਹਨਾਂ ਨੂੰ ਕਿਤੇ SI ਦਾ ਫੋਨ, ਕਿਤੇ ਉਹ ਪੁਲਿਸ ਵਾਲੇ ਦਾ ਗਿਆ ਕਿ ਐਕਸੀਡੈਂਟ ਹੋ ਗਿਆ। ਮੈਨੂੰ ਡਾਕਟਰ ਚਾਵਲਾ ਦਾ ਫੋਨ ਆਇਆ 3:30 ਵਜੇ ਕਿ 12:97 ਗੱਡੀ ਭਾਅ ਜੀ ਕਿਹਦੀ ਆ, ਅਤੇ ਮੈਂ ਗੱਡੀ ਤਾਂ ਵੱਡੇ ਭਾਅ ਜੀ ਦੀ ਆ ਭਾਅ ਜੀ, JP ਭਾਅ ਜੀ ਦੀ ਆ। ਕਹਿੰਦਾ ਭਾਈ ਖਬਰ ਥੋੜ੍ਹੀ ਚੰਗੀ ਨਹੀਂ ਆ, ਐਕਸੀਡੈਂਟ ਹੋ ਗਿਆ। ਇੰਨੀ ਗੱਲ ਹੀ ਫੋਨ ਕੱਟਿਆ, ਉਸੇ ਵੇਲੇ ਮੈਂ ਵੱਡੇ ਬ੍ਰਦਰ ਦਾ ਫੋਨ ਲਾਇਆ, ਉਹ ਫੋਨ ਅੱਗੋਂ SI ਨੇ ਚੁੱਕਿਆ। ਉਹਨੇ ਪੁੱਛਿਆ ਕਿ ਤੁਸੀਂ ਕੌਣ ਬੋਲਣ? ਮੈਂ ਭਰਾ ਬੋਲਣ, ਭਰਾ ਬੋਲਣ ਡਿਆ ਉਹਦਾ, ਭਰਾ ਬੋਲਣ ਡਿਆ ਉਹਦਾ। ਕਹਿੰਦੇ ਵਿਆਹੇ ਹੋ ਤੁਸੀਂ? ਮੈਂ ਹਾਂ ਵਿਆਹਿਆ। ਮੈਂ ਕਹਿੰਦੇ ਪੁੱਤ ਥੋੜ੍ਹਾ ਸਾਈਡ 'ਤੇ ਹੋ ਕੇ ਗੱਲ ਸੁਣਨ ਦੇ ਹੌਸਲਾ ਰੱਖੀ ਅਤੇ ਐਕਸੀਡੈਂਟ ਹੋ ਗਿਆ, ਅਸੀਂ ਹੋਸਪਿਟਲ ਭੇਜ ਦਿੱਤਾ ਸਾਰਿਆਂ ਨੂੰ, ਅਤੇ ਤੂੰ ਆਰਾਮ ਨਾਲ ਆਈ। ਮੈਂ ਪੁੱਛਿਆ, ਮੈਂ ਭਾਅ ਜੀ ਕੀ ਹਾਲ ਆ ਮੇਰੇ ਭਰਾ ਭਰਜਾਈ ਦਾ ਅਤੇ ਮੇਰੇ ਪੁੱਤ ਦਾ? ਕਹਿੰਦੇ ਪੁੱਤ ਤੂੰ ਤਿਆਰ ਨਾ ਆਈ, ਉਹ ਤਿਆਰ ਨਾ ਹੀ ਕਹਿੰਦੇ ਰਹੇ, ਮੈਨੂੰ ਦੱਸਿਆ ਨਹੀਂ ਮੇਰਾ ਰੱਬ ਵਰਗਾ ਭਰਾ ਸਾਰਾ ਪਰਿਵਾਰ ਚੱਲ ਗਿਆ। ਐਕਸੀਡੈਂਟ ਤੋਂ ਪਹਿਲਾਂ ਗੱਲਬਾਤ ਹੋਈ? 1:30 ਮੇਰੇ ਨਾਲ ਮੈਨੂੰ ਭਾਅ ਜੀ ਦਾ ਫੋਨ ਆਇਆ ਸੀ ਭਾਅ ਜੀ ਕਿ ਮੈਂ ਬੇਟੀ ਨੂੰ ਉੱਥੇ ਕਾਲਜ ਛੱਡਣਾ ਸੀ, ਬੇਟੀ ਨੂੰ ਉੱਥੇ ਕਾਲਜ ਛੱਡ ਕੇ ਆਇਆ ਅੱਜ ਪਹਿਲੇ ਦਿਨ ਹੀ, ਅਤੇ ਮੁੜ ਕੇ ਬੇਟੇ ਨੂੰ ਵੀ ਐਥਲੈਟਿਕਸ ਵਾਸਤੇ ਛੱਡਣਾ ਸੀ। ਮੈਨੂੰ ਕਹਿੰਦੇ ਕਿ ਗੜ ਸ਼ੰਕਰ ਦੋਸਤ ਆ ਇੱਕ, ਮੈਂ ਉਹਨੂੰ ਮਿਲ ਕੇ ਅਤੇ ਆਉਂਦਿਆਂ ਮੈਂ ਬੇਟੇ ਨੂੰ ਛੱਡ ਕੇ ਅਤੇ ਫਿਰ ਲੇਟ ਹੋ ਜਾਣਾ, ਥੋੜ੍ਹਾ ਲੇਟ ਆਊਂ। ਮੈਂ ਠੀਕ ਆ ਭਾਅ ਜੀ, 1:30 ਮੇਰੇ ਨਾਲ ਗੱਲ ਹੋਈ, ਉਸ ਤੋਂ ਬਾਅਦ ਬਸ ਫੋਨ ਉਹੀ ਆਇਆ। ਮੇਰੇ ਬ੍ਰਦਰ ਸੀਗੇ, ਮਾਸੀ ਦੇ ਬੇਟੇ ਵੀ ਅਤੇ ਤਾਇਆ ਜੀ ਦੇ ਬੇਟੇ ਵੀ, ਅਤੇ ਇਹ ਆਪਣੀ ਬੇਟੀ ਨੂੰ ਛੱਡਣ ਜਾ ਰਹੇ ਸੀਗੇ SGL ਕਾਲਜ, ਉਹਨੂੰ ਹੋਸਟਲ, ਉੱਥੋਂ ਛੱਡ ਕੇ ਅਤੇ ਗੜਸ਼ੰਕਰ ਨੂੰ ਜਾ ਰਹੇ ਸੀਗੇ ਆਪਣੇ ਕੰਮ ਕਿਸੇ, ਅਤੇ ਉਹ ਰਸਤੇ ਵਿੱਚ ਇਹ ਹਾਦਸਾ ਵਾਪਰਿਆ। ਬਾਕੀ ਵੀਡੀਓ ਤੁਸੀਂ ਚੱਲਦੀ ਪਈ ਆ ਸਾਰੀ, ਉੱਥੋਂ ਦੇਖ ਸਕਦੇ ਜੀ। ਹਾਂਜੀ, ਕਿੰਨੀ ਕੁ ਉਮਰ ਸੀ ਵੀਰ ਦੀ? ਹੋਣੀ ਜੇ 46 ਕੁ ਸਾਲ, ਭਾਬੀ ਦੀ 40 ਕੁ, ਤਾਂ ਛੋਟੇ ਭਤੀਜੇ ਮੇਰੇ ਦੀ ਉਹਨਾਂ ਦੀ ਹੋਣੀ 17 ਸਾਲ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ? ਸਾਨੂੰ ਫੋਨ ਹੀ ਆਇਆ ਸੀਗਾ ਉੱਥੋਂ ਥਾਣੇ ਤੋਂ, SI ਹੋਣਾ ਦਾ, ਉਹਨਾਂ ਨੇ ਕਾਲ ਕੀਤੀ ਵੀ ਤੁਸੀਂ ਬਸ ਇੱਥੇ ਆ ਜਾਓ, ਐਕਸੀਡੈਂਟ ਹੋਇਆ ਵਾ। ਉਹਨਾਂ ਨੇ ਦੱਸਿਆ ਕੁਝ ਨਹੀਂ ਸਾਨੂੰ, ਸਾਰਾ ਕੁਝ ਉੱਥੇ ਜਾ ਕੇ ਹੀ ਪਤਾ ਲੱਗਾ।